ਜਦੋਂ ਮੈਂ ਕੈਨੇਡਾ ਆਇਆ ਮੈਂ ਇੱਕ ਗੱਲ ਦੇਖੀ ਹੈ ਕਿ ਸੌਸਿਸ ਹਰ ਮੀਲ ਦੇ ਨਾਲ ਖਾਈ ਜਾਂਦੀ ਨੇ ਤੇ ਹਰ ਬੰਦਾ ਬਹੁਤ ਜ਼ਿਆਦਾ ਸੌਸਿਸ ਖਾਂਦਾ ਹੈ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੀ ਸੌਸ ਤੁਹਾਡੇ ਵਾਸਤੇ ਵਧੀਆ ਤੇ ਕਿਹੜੀ ਨਹੀਂ ਵਧੀਆ। ਸਭ ਤੋਂ ਪਹਿਲੇ ਆਉਂਦੀ ਹੈ ਚਿਪੋਟਲੇ, ਜਾਂ ਤੁਸੀਂ ਸੀਜ਼ਰ ਵੀ ਖਾਂਦੇ ਹੋ, ਸੇਮ ਹੀ ਕੈਲਰੀ ਇਹਦੇ ਵਿੱਚ, ਤੁਸੀਂ ਕੈਲਰੀ ਦੇਖ ਲਓ ਨਾਲੇ ਦੀ। ਜੇ ਤੁਸੀਂ 100 ਗ੍ਰਾਮ ਇਹਦੀ ਖਾ ਰਹੇ ਹੋ ਤੇ ਨੀਅਰ ਅਬਾਊਟ ਤੁਸੀਂ 75 ਗ੍ਰਾਮਸ ਆਫ ਫੈਟ ਲੈ ਰਹੇ ਹੋ, ਜੋ ਕਿ ਬਹੁਤ ਜ਼ਿਆਦਾ ਸਹੀ ਨਹੀਂ ਹੈਗਾ ਤੁਹਾਡੇ ਵਾਸਤੇ। ਸੋ ਮੈਂ ਨਹੀਂ ਕਹਾਂਗਾ ਕਿ ਇਹ ਤੁਹਾਨੂੰ ਖਾਣੀ ਚਾਹੀਦੀ ਹੈ ਬਹੁਤ ਜ਼ਿਆਦਾ। ਇਸ ਤੋਂ ਬਾਅਦ ਆਉਂਦੀ ਹੈ ਰੈਂਚ। ਰੈਂਚ ਵੀ ਇੱਕ ਐਸੀ ਸੌਸ ਹੈ ਜਿਹੜੀ ਇੱਥੇ ਬਹੁਤ ਖਾਈ ਜਾਂਦੀ ਹੈ, ਇਹਦੀ ਵੀ ਕੈਲਰੀ ਮੈਂ ਨਾਲ ਹੀ ਮੈਂਸ਼ਨ ਕਰਤੀ ਹੈ। ਸੋ ਕੁਕੰਬਰ ਲਿਖਿਆ, ਇਟ ਡਜ਼ਨਟ ਮੀਨ ਕਿ ਇਹ ਬਹੁਤ ਹੈਲਦੀ ਹੈ, ਇਹ ਵੀ ਅੱਛੀ ਨਹੀਂ ਹੈਗੀ, ਤੁਸੀਂ ਆਪਣੀ ਕੈਲਰੀ ਦੇਖ ਲਓ 100 ਗ੍ਰਾਮ 'ਚ ਕਿੰਨੀ ਹੁੰਦੀ ਹੈ। ਦੈਨ ਆ ਜਾਂਦੀ ਹੈ ਕੈਚਅਪ, ਜਿਹੜੀ ਅਸੀਂ ਇੰਡੀਅਨਸ ਬਹੁਤ ਜ਼ਿਆਦਾ ਖਾਂਦੇ ਹਾਂ, ਇਹਦੀ ਕੈਲਰੀ ਬਹੁਤ ਜ਼ਿਆਦਾ ਗੰਦੀ ਨਹੀਂ ਹੈਗੀ, ਬਟ ਸਟਿਲ ਸੋਡੀਅਮ ਕੰਟੈਂਟ ਬਹੁਤ ਜ਼ਿਆਦਾ ਹਾਈ ਹੁੰਦਾ ਇਹਦੇ ਵਿੱਚ। ਸੋ ਕੈਲਰੀ ਤੁਸੀਂ ਦੇਖ ਲਓ ਉਹਦੇ ਅਕੋਰਡਿੰਗਲੀ ਖਾਇਓ, ਅਗਰ ਤੁਹਾਡੀ ਕੈਲਰੀ ਦੇ ਵਿੱਚ ਇਹ ਡੇਲੀ ਇਨਟੇਕ ਵਿੱਚ ਪੈਂਦੀ ਹੈ ਤਾਂ ਉਨੀ ਕੀ ਖਾਇਓ। ਅਗਲੀ ਆ ਜਾਂਦੀ ਹੈ ਸਰਿਆਚਾ ਹੌਟ ਸੌਸ, ਇਹ ਵੀ ਤੁਸੀਂ ਆਪਾਂ ਬਹੁਤ ਖਾਂਦੇ ਹਾਂ, ਮੈਂ ਪਰਸਨਲੀ ਇਹਨੂੰ ਪ੍ਰੈਫਰ ਕਰਦਾ ਕਿਉਂਕਿ ਥੋੜ੍ਹੀ ਕੈਲਰੀ ਘੱਟ ਹੁੰਦੀ ਹੈ ਇਹਦੇ ਵਿੱਚ, ਜਿੱਦਾਂ ਤੁਸੀਂ ਦੇਖ ਹੀ ਰਹੇ ਹੋ 100 ਗ੍ਰਾਮ ਦੇ ਅਕੋਰਡਿੰਗਲੀ ਮੈਂ ਮੈਂਸ਼ਨ ਕੀਤੀ ਨੇ ਕੈਲਰੀਜ਼। ਸੋ ਆਪਾਂ 50 to 60 ਗ੍ਰਾਮ ਤੇ ਖਾ ਹੀ ਲੈਂਦੇ ਹਾਂ, ਬਟ ਸਟਿਲ ਬੈਟਰ ਦੈਨ ਆਲ ਦ ਅਦਰ ਸੌਸਿਸ। ਲਾਸਟ ਵਿੱਚ ਆਉਂਦੀ ਹੈ ਇਹ ਚਟਨੀ ਮਿੰਟ ਵਾਲੀ, ਜੇ ਤਾਂ ਘਰੇ ਬਣਾ ਲਓ ਉਹਦੇ ਵਰਗੀ ਗੱਲ ਨਹੀਂ, ਨਹੀਂ ਤਾਂ ਮੈਂ ਕੈਲਰੀ ਮੈਂਸ਼ਨ ਕਰਤੀ ਹੈ, ਸਭ ਤੋਂ ਘੱਟ ਕੈਲਰੀ ਵਾਲੀ ਸੌਸ ਇਹੀ ਹੈ, ਜੇ ਤੁਸੀਂ ਘਰੇ ਬਣਾ ਸਕਦੇ ਹੋ ਬਹੁਤ ਵਧੀਆ। ਤੇ ਸੌਸਿਸ ਤੋਂ ਥੋੜਾ ਦੂਰ ਰਿਹਾ ਕਰੋ, ਬਹੁਤ ਜ਼ਿਆਦਾ ਨਾ ਖਾਇਆ ਕਰੋ, ਬਟ ਜੇ ਖਾਣੇ ਵੀ ਹੁੰਦੀ ਨਾ, ਯੂ ਸ਼ੁਡ ਨੋ ਵਿਚ ਇਜ਼ ਦ ਬੈਟਰ ਵਨ ਫੋਰ ਯੂ। ਥੈਂਕ ਯੂ।